ਕਿਹੜਾ ਜਾਨਵਰ ਹੈ ਜਿਹਦੇ ਸਾਰਿਆਂ ਤੋਂ ਭੈੜਾ ਆਵਾਜ਼ ਹੈ? ਮੇਰਾ ਯਾਰ ਮੁਜਾਹਿਦ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਜਾਨਵਰਾਂ ਵਿੱਚੋਂ ਐਸੀ ਕਿਹੜੀ ਆਵਾਜ਼ ਹੈ ਜਿਹੜੀ ਸਭ ਤੋਂ ਬੁਰੀ ਹੈ? ਰਿਆਨ ਦੀ। ਭੇੜੀਆ ਨਹੀਂ। ਕਿਹੜਾ ਜਾਨਵਰ ਹੈ ਜਿਹਦੇ ਸਾਰਿਆਂ ਤੋਂ ਭੈੜਾ ਆਵਾਜ਼ ਹੈ? ਮੇਰਾ ਯਾਰ ਮੁਜਾਹਿਦ। ਤੁਹਾਡੀ ਨਜ਼ਰ ਵਿੱਚ ਜੀ ਸਭ ਤੋਂ ਵੱਡਾ ਹੈ? ਨਾਮ ਜਿਹਾਦ ਹੀ ਭਾਈ, ਉਹ ਹੀ ਇੱਕ ਸਾਡੇ 'ਚ ਅਜੂਬਾ ਹੈ। ਜਿਹਾਦ ਹੈ ਕੌਣ? ਸਾਡਾ ਇੱਕ ਸਾਰਿਆਂ ਤੋਂ ਭੈੜੀ ਆਵਾਜ਼ ਕਿਹੜੇ ਜਾਨਵਰ ਦੀ? ਸਭ ਤੋਂ ਭੈੜੀ ਆਵਾਜ਼ ਜਾਨਵਰ ਵਿੱਚੋਂ ਆਈ ਥਿੰਕ ਗੱਦੇ ਦੀ ਹੈ ਸਭ ਤੋਂ। ਉਸ ਤੋਂ ਬਾਅਦ ਤੁਹਾਡੀ। ਓ ਨੋ ਯਾਰ, ਮੈਂ ਜਾਨਵਰਾਂ ਦੀ ਪੁੱਛ ਰਿਹਾ ਭਾਈ। ਅੱਛਾ, ਸਾਰਿਆਂ ਤੋਂ ਭੈੜੀ ਆਵਾਜ਼ ਕਿਹਦੀ ਹੈ? ਮੇਰੇ ਬੱਚਿਓ ਨੇ ਇਤਨਾ ਮੁਝੇ ਤੰਗ ਕੀਆ ਹੋਇਆ ਕਿ ਮੰਮਾ ਵੋ ਲੈ ਕੇ ਟਾਂਟਾ ਨਾ ਲਾਇਆ ਦੋ ਲੈ ਕੇ ਦੋ ਲੈ ਕੇ ਉਹ ਘੰਟੇ ਕੀ ਤਰ੍ਹਾਂ ਵੱਜਦਾ ਮੈਨੂੰ ਫਿਰ ਲੈ ਕੇ ਦੇ ਤਬ ਜਾ ਇਹ ਘੰਟਾ ਹੈ ਘੰਟਾ।